ਮਾਮਲਾ ਪੰਜਾਬ ਦੇ ਲੁਧਿਆਣਾ ਦੇ ਵਿੱਚ ਸਾਹਮਣੇ ਆਉਂਦਾ ਹੈ ਜਿੱਥੇ ਕਿ ਇੱਕ ਦਿਨ ਪਹਿਲਾਂ ਫੈਕਟਰੀ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ। ਜੀ ਹਾਂ, ਬਦਮਾਸ਼ਾਂ ਨੇ ਸਿਕਿਉਰਿਟੀ ਗਾਰਡ ਤੇ ਵਰਕਰਾਂ ਨੂੰ ਬੰਦਕ ਬਣਾ ਕੇ ਕਮਰੇ ਵਿੱਚ ਬੰਦ ਕਰ ਦਿੱਤਾ। ਅਗਲੇ ਦਿਨ ਸਵੇਰੇ ਫੈਕਟਰੀ ਦੇ ਮੈਨੇਜਰ ਨੂੰ ਇਲਾਕੇ ਦੇ ਲੋਕਾਂ ਨੇ ਸੂਚਿਤ ਕੀਤਾ, ਜਿਸ ਤੋਂ ਬਾਅਦ ਬੰਦਕ ਕਰਮਚਾਰੀਆਂ ਤੇ ਸਿਕਿਉਰਿਟੀ ਗਾਰਡ ਨੂੰ ਪੁਲਿਸ ਨੇ ਮੁਕਤ ਕਰਵਾਇਆ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਨੂੰ ਮਿਲ ਗਈ ਹੈ। ਜੋ ਜਾਣਕਾਰੀ ਸਾਹਮਣੇ ਆਈ ਹੈ ਉਹ ਦਿੰਦੇ ਹੋਏ ਮੈਨੇਜਰ ਨਿਖਿਲ ਤਿਆਗੀ ਨੇ ਦੱਸਿਆ ਕਿ ਉਹ 10 ਜੂਨ ਦੀ ਰਾਤ ਫੈਕਟਰੀ ਬੰਦ ਕਰਕੇ ਘਰੇ ਚਲੇ ਗਿਆ ਸੀ। ਫੈਕਟਰੀ ਵਿੱਚ 4 ਤੋਂ 5 ਨਕਾਬਪੋਸ਼ ਅਣਪਛਾਤੇ ਬਦਮਾਸ਼ ਦਾਖਲ ਹੋ ਜਾਂਦੇ ਨੇ। ਉਹਨਾਂ ਲੋਕਾਂ ਨੇ ਸਿਕਿਉਰਿਟੀ ਗਾਰਡ ਤੇ ਵਰਕਰਾਂ ਨੂੰ ਬੰਦਕ ਬਣਾ ਲਿਆ। ਲੁਟੇਰਿਆਂ ਨੇ ਉਹਨਾਂ ਦੀ ਜੰਮ ਕੇ ਮਾਰ ਕੁਟਾਈ ਵੀ ਕੀਤੀ। ਉਹਨਾਂ ਲੋਕਾਂ ਨੇ ਉਹਨਾਂ ਤੋਂ ਪੁੱਛਿਆ ਕਿ ਪਿੱਤਲ ਦੇ ਵਾਲ ਕਿੱਥੇ ਪਏ ਨੇ। ਕਰਮਚਾਰੀਆਂ ਨੇ ਜਦ ਦੱਸਣ ਤੋਂ ਮਨਾ ਕਰ ਦਿੱਤਾ ਤਾਂ ਚੋਰਾਂ ਨੇ ਵਰਕਰਾਂ ਦੇ ਥੱਪੜ ਤੱਕ ਚੜ ਦਿੱਤੇ। ਲੁਟੇਰਿਆਂ ਨੇ ਉਹਨਾਂ ਦੇ ਸਿਕਿਉਰਿਟੀ ਗਾਰਡ ਸਮੇਤ 3-4 ਹੋਰ ਕਰਮਚਾਰੀਆਂ ਨੂੰ ਕਮਰੇ 'ਚ ਬੰਦ ਕਰ ਦਿੱਤਾ। ਜੀ ਹਾਂ, ਲੁਧਿਆਣੇ ਦੀ ਫੈਕਟਰੀ ਦਾ ਮਾਮਲਾ ਦੱਸਿਆ ਜਾ ਰਿਹਾ। ਫੈਕਟਰੀ ਵਿੱਚ ਪਿਆ ਕੁੱਲ ਸਮਾਨ, ਜਿਵੇਂ ਸੋਫਾ, ਕੁਰਸੀਆਂ, ਸੀਪੀਯੂ ਤੇ ਹੋਰ ਸਮਾਨ ਸੀ, ਉਹ ਚੋਰੀ ਕਰ ਲੈਂਦੇ ਨੇ ਤੇ ਫਰਾਰ ਹੋ ਜਾਂਦੇ ਨੇ। ਨਿਖਿਲ ਨੇ ਇਹ ਵੀ ਕਿਹਾ ਕਿ ਸਵੇਰੇ ਕਰੀਬ 5 ਵਜੇ ਫੈਕਟਰੀ ਦੇ ਬਾਹਰ ਲੋਕ ਸੈਰ ਕਰ ਰਹੇ ਸਨ, ਜਦੋਂ ਕਰਮਚਾਰੀਆਂ ਨੇ ਸ਼ੋਰ ਮਚਾਇਆ। ਲੋਕਾਂ ਨੂੰ ਇਕੱਠਾ ਕੀਤਾ ਜਾਂਦਾ ਹੈ, ਲੋਕਾਂ ਦੀ ਮਦਦ ਦੇ ਨਾਲ ਫੈਕਟਰੀ ਵਿੱਚ ਹੋਈ ਲੁੱਟ ਦੀ ਸੂਚਨਾ ਉਹਨਾਂ ਨੂੰ ਮਿਲਦੀ ਹੈ, ਜਿਸ ਤੋਂ ਬਾਅਦ ਤੁਰੰਤ ਚੌਂਕੀ ਮੁੰਡਿਆਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਪੁਲਿਸ ਨੇ ਬੰਦਕ ਬਣਾਏ ਕਰਮਚਾਰੀਆਂ ਦੇ ਹੱਥ ਪੈਰ ਕੋਲੇ ਨੇ। ਫਿਲਹਾਲ ਥਾਣਾ ਜਮਾਲਪੁਰ ਦੀ ਪੁਲਿਸ ਇਸ ਮਾਮਲੇ ਸੰਬੰਧੀ ਜਾਂਚ ਪੜਤਾਲ ਕਰ ਰਹੀ ਹੈ ਤੇ ਮਾਮਲਾ ਦਰਜ ਕਰ ਲਿਆ ਗਿਆ।